ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮਾਸਟਰ ਕੈਡਿਟ ਦੀ ਪ੍ਰੈਪਰੇਸ਼ਨ ਦੇ ਕੰਸਰਨ ਦੇ ਵਿੱਚ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ। ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹਨਾਂ ਦੋਸਤਾਂ ਦੇ ਮੈਨੂੰ ਕਾਲ ਆ ਰਹੇ ਸੀ ਕਿ ਸਰ ਫੀਸ ਡਿਪੋਜ਼ਿਟ ਕਿੱਦਾਂ ਹੋਏਗੀ, ਕਿਆ ਚੱਕਰ ਹੈ, ਅਤੇ ਉਹਨਾਂ ਲਈ ਇੱਕ ਚੰਗੀ ਖੁਸ਼ਖਬਰੀ ਹੈ। ਇੱਥੇ ਅੱਜ ਹੀ ਕਰੀਕੁਲਰ ਆਇਆ ਹੈ ਅਤੇ ਲਿਖਿਆ ਸਫੀਸ਼ੀਐਂਟ ਡੇ ਵਿਲ ਬੀ ਗਿਵਨ ਟੂ ਕੈਂਡੀਡੇਟ ਟੂ ਡਿਪੋਜ਼ਿਟ ਫੀਸ ਵੈਨ ਦਾ ਬੈਂਕ ਵਿਲ ਬੀ ਓਪਨ ਫਾਰ ਨੋਰਮਲ ਓਪਰੇਸ਼ਨਸ। ਜਦੋਂ ਬੈਂਕਾਂ ਦੀ ਨੋਰਮਲ ਓਪਨਿੰਗ ਹੋ ਜਾਏਗੀ ਤਾਂ ਫੀਸ ਡਿਪੋਜ਼ਿਟ ਕਰਾਈ ਜਾ ਸਕਦੀ ਹੈ। ਤਾਂ ਇਹਦਾ ਕਹਿਣ ਦਾ ਮਤਲਬ ਇਹੀ ਹੈ ਕਿ ਜਿਸ ਤਰ੍ਹਾਂ 14 ਤਰੀਕ ਤੱਕ ਦਾ ਰੱਖਿਆ ਗਿਆ ਹੈ ਲੋਕਡਾਊਨ, ਮੇ ਵੀ ਵਧਾ ਵੀ ਸਕਦੇ ਹੈ, ਅਤੇ ਉਹਦੇ ਅਕੋਰਡਿੰਗ ਜੋ ਡੇਟ ਉਦੋਂ ਤੱਕ ਵੱਧ ਸਕਦੀ ਹੈ। ਅਤੇ ਤੁਸੀਂ ਫੀਸ ਮੇ ਵੀ ਕਰ ਸਕਦੇ ਹੋ, ਤੁਸੀਂ ਪੂਰੇ ਅਪ੍ਰੈਲ ਦੇ ਵਿੱਚ ਜਾਂ ਮਈ ਤੱਕ ਵੀ ਡੇਟ ਦੇ ਦੇਣਗੇ ਵਧਾਉਣਗੇ। ਤਾਂ ਫੀਸ ਡਿਪੋਜ਼ਿਟ ਕਰਾਉਣ ਦੀ ਕੋਈ ਵੱਡੀ ਡੀਲ ਨਹੀਂ ਹੈ, ਕੋਈ ਵੱਡੀ ਟੈਨਸ਼ਨ ਦੀ ਗੱਲ ਨਹੀਂ ਹੈ, ਕਿਉਂਕਿ ਇਗਜ਼ਾਮ ਦੀ ਡੇਟ ਪੋਸਟਪੋਨ ਹੋ ਗਈ ਹੈ ਅਤੇ ਉਹਨਾਂ ਨੇ ਪੋਸਟਪੋਨ ਕਰਤਾ ਇਗਜ਼ਾਮ। ਨੀਚੇ ਹੀ ਇੱਕ ਨੋਟੀਫਿਕੇਸ਼ਨ ਸ਼ੋ ਹੋ ਰਿਹਾ, ਅਫੀਸ਼ੀਅਲ ਜੋ ਆਉਣ ਵਾਲੀ ਡੇਟ ਆ ਉਹ ਅਜੇ ਆਈ ਨਹੀਂ ਹੈ। ਅਤੇ ਨਾਲ ਹੀ ਕੁਐਰੀ ਪੋਰਟਲ ਵੀ ਖੁੱਲ੍ਹੇਗਾ, ਅਤੇ ਜਿਹਨਾਂ ਦੋਸਤਾਂ ਨੂੰ ਫੋਟੋ ਸਾਈਨ ਦੀ ਪ੍ਰੋਬਲਮ ਸੀਗੀ, ਫੋਟੋ ਅਟੈਸਟਡ ਨਹੀਂ ਲਗਾਈ, ਉਹ ਅਟੈਸਟਡ ਕਰਾਈ ਫੋਟੋ, ਜੋ ਖੁਦ ਫੋਨ ਵਿੱਚ ਅਟੈਸਟਡ ਕਰਕੇ ਸਾਈਨ ਕਰਕੇ ਸਕੈਨ ਕਰਕੇ ਕੰਪਰੈਸ ਕਰਕੇ ਔਨਲਾਈਨ, ਅਤੇ ਆਪਣੀ ਲੋਗਿਨ ਆਈ ਡੀ ਖੋਲ੍ਹ ਕੇ ਲਗਾ ਸਕਦੇ ਨੇ। ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਅਤੇ ਦੋਸਤਾਂ ਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਬਸ ਤੁਸੀਂ ਆਪਣਾ ਜੋ ਫਾਰਮ ਹੈ ਇਹਨੂੰ ਅਪਰੂਵ ਕਰਨ ਤੋਂ ਪਹਿਲੇ ਆਪਣੀ ਜੋ ਡਿਟੇਲ ਹੈ ਉਹਨੂੰ ਧਿਆਨ ਦੇ ਨਾਲ ਜ਼ਰੂਰ ਚੈੱਕ ਕਰ ਲਿਓ। ਅਤੇ ਇਹ ਵੀ ਗੱਲ ਕੋਈ ਚੱਕਰ ਨਹੀਂ ਹੈ, ਬਾਅਦ ਵਿੱਚ ਵੀ ਕੋਈ ਇੰਪਰੂਵਮੈਂਟ ਹੋ ਜਾਂਦੀ ਹੈ। ਕਈ ਵਾਰੀ ਡੇਟ ਗਲਤ ਭਰੀ ਜਾਂਦੀ ਹੈ, ਡੇਟ ਆਫ ਬਰਥ ਕੋਈ ਡਾਟਾ ਗਲਤ ਭਰਿਆ ਜਾਂਦਾ ਜਦੋਂ ਸਕਰੂਨਿਟੀ ਹੁੰਦੀ ਹੈ ਡਾਕੂਮੈਂਟ ਦੀ, ਤਾਂ ਤੁਸੀਂ ਉਸ ਟਾਈਮ ਚੈੱਕ ਕਰਾ ਸਕਦੇ ਹੋ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਅਤੇ ਤੁਸੀਂ ਆਪਣੀ ਤਿਆਰੀ ਕਰੋ, ਵਧੀਆ ਟਾਈਮ ਮਿਲ ਗਿਆ ਤੁਹਾਨੂੰ ਪੜ੍ਹਨ ਦਾ, ਘਰ ਦੇ ਵਿੱਚ ਰਹੋ, ਸੇਫ ਰਹੋ, ਫੈਮਿਲੀ ਨੂੰ ਪ੍ਰੋਟੈਕਟ ਕਰੋ, ਸਫਾਈ ਰੱਖੋ, ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਨੇ ਮੇਰੇ ਤੋਂ ਨੋਟਸ ਬਾਏ ਕੀਤੇ ਨੇ, ਗਰੁੱਪ ਦੇ ਵਿੱਚ ਡਿਸਕਸ ਕਰ ਸਕਦੇ ਨੇ। ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਪਲੀਜ਼ ਐਕਟਿਵਲੀ ਪਾਰਟੀਸਪੇਟ ਕਰੋ ਗਰੁੱਪ ਦੇ ਵਿੱਚ, ਤਾਂ ਕਿ ਜੋ ਮੈਂ ਕੁਐਂਟ ਅਤੇ ਕੁਐਰੀਜ਼ ਤੁਹਾਡੇ ਲਈ ਪਾਉਂਦਾ ਉਹਦਾ ਰਿਸਪੋਂਸ ਵਧੀਆ ਕਰੋ, ਤਾਂ ਕਿ ਹੋਰ ਲੱਭ ਕੇ ਮੈਂ ਕੁਐਸਚਨ ਪਾ ਸਕਾਂ। ਥੈਂਕ ਯੂ ਵੈਰੀ ਮੱਚ ਐਂਡ ਸਟੇ ਸੇਫ ਐਟ।